चाह बना के लिया थोड़े वास्ते। ना कोई ना, बह जा 5 मिनट फिर बना ली चाह। मैं तेनू आए कहता सी। हाँ जी मम्मी ने फोन ला ली, चंगा पूछ ली, पता ले ली मामी का। हाँ कोई गल नहीं, तो मैं फोन ला लूंगी मम्मी नू ते मैं पूछती हूँ। तो जिस काल ने गल करके आए से उन्दे। हाँ करी सी, काले कोई तो गया सी उठ के थोड़े को। अच्छा की जंदा काला आही गल करी सी मैं, कहा भी थोड़ा दिमाग सेट है, भी तुसी की गलबात करी जाने हो। ठीक है भी जाना तुसी दसो, साडे नाल कोई राय करो। ਤੁਸੀਂ ਰਹਿ ਨਹੀਂ ਕੀਤਾ, ਮਸ਼ਵਰਾ ਨਹੀਂ ਕੀਤਾ, ਸਿੱਧਾ ਹੀ ਜਾ ਕੇ ਫੈਸਲਾ ਲੈ ਲਿਆ ਤੁਸੀਂ ਇਸ ਗੱਲ ਦਾ। ਅਤੇ ਉਹ ਕਹਿੰਦਾ ਅਸੀਂ ਸਾਰਾ ਕੁਝ ਸੋਚ ਸਮਝ ਕੇ ਕਰਿਆ ਯਾਰ, ਸਾਨੂੰ ਪਤਾ ਵੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ। ਕਹਿੰਦਾ ਤੂੰ ਐਂ ਸਮਝ ਲਾ ਵੀ ਮਨਿੰਦਰ ਦਾ ਮੈਂ ਕੰਨਿਆ ਦਾ ਨਹੀਂ ਕਰਤਾ ਉਸ ਘਰ ਦੇ ਬਦਲੇ। ਬਸ ਦੇਖ ਲਓ ਤਾਂ ਤੁਸੀਂ ਕੀ ਕਹਿੰਦੇ ਹੋ, ਕੀ ਰਾਇ ਦਿੰਦੇ ਹੋ ਆਪਦੀ, ਹੁਣ ਕੀ ਕਰੀਏ। ਮੈਂ ਤਾਂ ਉਹਨੂੰ ਕਹੀ ਕਿਹਾ, ਮੈਂ ਕਿਹਾ ਤੁਸੀਂ ਸੋਚ ਸਮਝ ਲਓ ਆਪਦਾ ਫੈਸਲਾ ਫਿਰ ਲਓ। ਉਹ ਕਹਿੰਦਾ ਅਸੀਂ ਸਾਰਾ ਕੁਝ ਸੋਚੀ ਬੈਠੇ ਹਾਂ, ਠੀਕ ਹੈ ਸਾਰਾ ਕੁਝ, ਅਸੀਂ ਆਪਦੀ ਘਰ ਦੀ ਰਾਇ ਸਾਡੀ ਪੂਰੀ ਨਹੀਂ ਰਹਿ ਤਾਂ ਹੈਗੀ, ਮੈਂ ਮੰਨਦੀ ਹਾਂ। ਹੁਣ ਤੁਸੀਂ ਮੈਨੂੰ ਆਏ ਦੱਸੋ ਨਾ ਵੀ ਰਾਜਪਾਲ ਨੂੰ ਆਪਾਂ ਕੀ ਕਹੀਏ। ਰਾਜਪਾਲ ਤਾਂ ਜਾਣ ਨੂੰ ਤਿਆਰ ਹੋਇਆ ਬੈਠਾ ਸੀ ਉਹਨਾਂ ਕਚਹਿਰੀਆਂ 'ਚ ਵੀਰੇ ਨਾਲ। ਹੁਣ ਆਪਾਂ ਨੂੰ ਰੋਜ਼ ਸਾਹਮਣੇ ਗੱਲ ਕਰਨੀ ਪਊਗੀ ਨਾ ਵੀ ਪੈਸਿਆਂ ਦੀ ਗੱਲ ਕਰੀਏ ਕਿ ਨਾ। ਨਹੀਂ 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 ਉਹੀ ਗੱਲ ਮੈਂ ਕਰੀ ਸੀ ਉਹਦੇ ਨਾਲ। ਮੈਂ ਕਿਹਾ ਪੈਸਿਆਂ ਦੀ ਗੱਲ ਕਹਿੰਦਾ ਸੀ ਰਾਜਪਾਲ, ਠੀਕ ਹੈ ਵੀ ਮੈਂ ਪੈਸੇ ਦੇ ਦੂੰਗਾ ਹੌਲੀ ਹੌਲੀ। ਕਹਿੰਦਾ ਜਦੋਂ ਮੈਂ ਗੱਲ ਹੀ ਕਹਿਤੀ ਯਾਰ, ਕਹਿੰਦਾ ਜਦੋਂ ਲਿਖ ਪੜ੍ਹ ਹੋਊਗੀ ਉੱਥੇ ਮੈਂ ਸਿੱਧੀ ਜੀ ਗੱਲ ਹੀ ਲਿਖੂੰਗਾ ਵੀ ਮੈਂ ਇਹਨਾਂ ਨੂੰ ਘਰ ਦੇ ਤਾ, ਠੀਕ ਹੈ ਇਹ ਥਾਂ ਇਹਨਾਂ ਦਾ, ਅਤੇ ਉਦੋਂ ਬਾਅਦ ਆਪਦਾ ਇਹ ਢਾਉਣ ਪਾਉਣ ਕੁਛ ਮਰਜ਼ੀ ਕਰਨ। ਤੇ ਮੈਂ ਤਾਂ ਬਈ ਕੰਨਿਆਦਾਨ ਕਰਤਾ, ਬਸ ਘਰ ਹੀ ਛੱਡਤਾ ਮੈਂ ਇਹਨਾਂ ਨੂੰ। ਕਿੰਨਾ ਚੰਗਾ ਸੁਭਾਅ ਨਾ ਵੀਰੇ ਦਾ, ਕਿੰਨਾ ਸੋਚਦੇ ਆ ਨਾ। ਤੇ ਹੋਰ ਮੈਂ ਤਾਂ ਆਪ ਕਹਿੰਦਾ ਵੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕਿੱਥੇ ਇਹੋ ਜਿਹੇ ਬੰਦੇ ਆ ਯਾਰ। ਨਾਲੇ ਉਹ ਵੀ ਤੂੰ ਐਂ ਦੇਖ ਲੈ, ਚੰਡੀਗੜ੍ਹ ਰਹਿੰਦਾ ਵੀਰਾ ਹਨਾ, ਇਹ ਮੁੰਡਿਆਂ ਨੂੰ ਤਾਂ ਐਂ ਹੁੰਦਾ ਵੀ ਚੱਲ ਜਿਹੜੇ 4 ਪੈਸੇ ਹੈਗੇ ਉਡਾਦ ਗਏ ਸੀ ਤਾਂ ਹਨਾ, ਅਜਾਸ਼ੀ ਤੇ ਹੋ ਜਾਂਦੇ ਬਾਹਰ ਜਾ ਕੇ। ਉਹ ਤਾਂ ਫਿਰ ਯਾਰ ਹੋਰ ਹੁੰਦੇ ਨਾ ਮੁੰਡੇ, ਹੁਣ ਜਿਹੜੇ ਪੜ੍ਹਨ ਲਿਖਣ ਵਾਲੇ ਮੁੰਡੇ ਆ ਉਹ ਇਹੋ ਜਿਹਾ ਕੰਮ ਕਿੱਥੇ ਕਰਦੇ ਆ। ਨਹੀਂ ਉਹੀ ਤਾਂ ਗੱਲ ਵਧੀਆ, ਮਾੜੀ ਸੰਗਤ ਤੋਂ ਬਚਿਆ ਹੋਇਆ ਵੀਰਾ ਹਨਾ, ਇੰਨਾ ਚੰਗਾ ਸੋਚਦਾ, ਇੰਨੀ ਚੰਗੀ ਸੋਚ ਦਾ ਮਾਲਕ ਆ। ਤਾਂ ਹੀ ਤਾਂ ਮੈਂ ਤੈਨੂੰ ਕਹਿਣਾ, ਬਸ ਹੁਣ ਤੂੰ ਐਂ ਕਰੀ ਤੇ ਤੂੰ ਕੱਢ ਆਪਦੇ ਕਾਗਜ਼ ਜੀ ਸਾਰੇ ਫਾਇਲ ਇੱਕ ਪਾਸੇ ਤਿਆਰ ਕਰ, ਠੀਕ ਹੈ। ਨਾਲ ਤਾਂ ਮੈਨੂੰ ਉਹ ਫੜਾ ਦੀ, ਤੇ ਨਾਲ ਤੂੰ ਐਂ ਕਰ ਮਾਤਾ ਨੂੰ ਫੋਨ ਲਾ ਲਾ, ਮਾਤਾ ਨੂੰ ਫੋਨ ਲਾ ਕੇ ਹਾਲ ਚਾਲ ਪੁੱਛ। ਅਗਲਾ ਕਹਿੰਦਾ ਵੀ ਫੋਨ ਕਰਕੇ ਪੁੱਛੇ ਹੀ ਨਹੀਂ। ਹਾਂਜੀ ਹਾਂਜੀ ਉਹ ਤਾਂ ਆਪਾਂ ਜਾ ਵੀ ਆਵਾਂਗੇ, ਆਪਣਾ ਹੱਕ ਬਣਦਾ ਪਤਾ ਲੈ ਕੇ ਆਉਂਦਾ ਹਨਾ, ਤੇ ਆਪਾਂ ਮੰਮੀ ਨੂੰ ਪੁੱਛ ਲਾਂਗੇ ਜਦੋਂ ਉਹ ਕਹਿਣਗੇ ਆਪਾਂ ਉਦੋਂ ਜਾ ਆਵਾਂਗੇ। ਅੱਛਾ ਮੈਂ ਤੁਹਾਨੂੰ ਐਂ ਕਹਿੰਦੀ ਸੀ ਉਹ ਕੁੜੀ, ਤੁਸੀਂ ਕਹਿੰਦੇ ਸੀ ਬੁਲਬੁਲ ਦੀਦੀ, ਮਤਲਬ ਉਹ ਆਈ ਨਹੀਂ। ਉਹੀ ਦਿੰਦਾ ਸੀਗਾ, ਮੈਂ ਫੋਨ ਦੇਖਦਾ ਸੀ ਕਦੇ ਫੋਨ ਆਇਆ ਤਾਂ ਨਹੀਂ। ਮੈਨੂੰ ਕਹਿੰਦੀ ਸੀ ਕਹਿੰਦੀ ਆ ਜੂੰਗੀ ਮੈਂ, ਅੱਜ ਆਉਣਗੇ। ਹਾਂ ਅੱਜ ਹੀ ਆਉਣਾ ਸੀ, 1 ਵਜੇ ਨੂੰ ਕਹਿੰਦੀ ਸੀ। ਟਾਈਮ ਕੀ ਹੋ ਗਿਆ? ਹਾਂ ਤਾਂ ਪਿਆ ਤਾਂ ਟਾਈਮ 11:30 ਹੀ ਹੋਇਆ। ਹਾਂ ਚੱਲ ਤੂੰ ਐਂ ਕਰ ਫਿਰ ਚਾਹ ਬਣਾ, ਤੇ ਨਾਲ ਕੱਪੜੇ ਕੁਪੜੇ ਬਦਲ ਲਾ, ਲੈ ਸਮਾਨ ਉੱਧਰ ਲੈ ਜਾ, ਠੀਕ ਹੈ, ਤੇ ਫਿਰ ਮੈਂ ਲੈ ਆਊਂਗਾ ਬਲਬਲ ਨੂੰ ਚੜਾ ਕੇ। ਇੱਕ ਮਿੰਟ, ਇੱਕ ਗੱਲ ਦਾ ਹੋਰ ਐਂਡ ਇੱਧਰ ਮੈਂ ਰੱਖਿਆ ਨਹੀਂ ਤਾਂ ਵੀ ਚੱਲ ਕਾਲੇ ਨੂੰ ਤਾਂ ਕਹਿਤਾ, ਕਾਲੇ ਨੂੰ ਐਂ ਪੁੱਛਣਾ ਸੀਗਾ ਨਾ ਭੂਆ ਨੂੰ ਤਾਂ ਕੋਈ ਇਤਰਾਜ਼ ਨਹੀਂ ਹੈਗਾ, ਕੱਲ ਨੂੰ ਭੂਆ ਹਨਾ ਮੈਨੂੰ ਕਹੀ ਜਾਵੇ ਜਾਂ ਮੰਮੀ ਨੂੰ ਕਹੀ ਜਾਵੇ। ਉਹ ਮੈਂ ਤਾਂ ਹੀ ਤਾਂ ਗੱਲ ਕਰਨ ਗਿਆ ਸੀ, ਇੰਨਾ ਟਾਈਮ ਮੈਨੂੰ ਤਾਂ ਹੀ ਲੱਗ ਗਿਆ, ਸਾਰੀਆਂ ਗੱਲਾਂ ਪੁੱਛੀਆਂ ਨੇ। ਉਹ ਕਹਿੰਦਾ ਸਾਨੂੰ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਸਿੱਧੀ ਜੀ ਗੱਲ ਇਹ ਹੈ, ਠੀਕ ਹੈ ਨਾ। ਕਹਿੰਦਾ ਜੋ ਮਰਜ਼ੀ ਕਰਨ ਉਹ, ਕਹਿੰਦਾ ਮੈਨੂੰ ਤਾਂ ਆਇਆ ਵੀ ਰਾਜਪਾਲ ਆਪਣਾ ਰਿਸ਼ਤੇਦਾਰ ਬਣ ਗਿਆ ਹੁਣ, ਠੀਕ ਹੈ। ਕਹਿੰਦਾ ਤੇਰਾ ਮਨਿੰਦਰ ਨਾਲ ਵਿਆਹ ਹੋ ਗਿਆ, ਤੁਹਾਡੀ ਰਿਸ਼ਤੇਦਾਰੀ ਪੈ ਗਈ, ਠੀਕ ਹੈ ਜੀ, ਤੁਹਾਡੀ ਰਿਸ਼ਤੇਦਾਰੀ ਪੈ ਗਈ, ਸਾਡੀ ਰਿਸ਼ਤੇਦਾਰੀ ਪੈ ਗਈ। ਪਰ ਰਿਸ਼ਤੇਦਾਰਾਂ ਵੀ ਜੇ ਉਹਨਾਂ ਦੇ ਘਰ ਕੋਈ ਆਊਗਾ ਕੱਲ੍ਹ ਨੂੰ, ਕੋਈ ਬੰਦਾ ਆਇਆ ਨਾ ਕਹਿੰਦੇ ਆ ਕਿ ਵੀ ਭਾਈ ਇਹ ਕਿਰਾਏ 'ਤੇ ਰਹਿੰਦੇ ਆ, ਵੀ ਇਹਨਾਂ ਦੇ ਰਿਸ਼ਤੇਦਾਰ ਦੇਖ ਲਓ, ਹੈਂ ਵੀ ਕੱਲ੍ਹ ਨੂੰ ਜੇ ਕੋਈ ਮਾੜਾ ਕਹੂਗਾ ਤਾਂ ਲਾਈ ਕਹੂਗਾ ਵੀ ਦੇਖ ਲੈ ਯਾਰ ਵੀ ਲਾਡੀ ਦਾ ਜਿੱਥੇ ਵਿਆਹ ਹੋਇਆਗਾ ਉਹਨਾਂ ਤੋਂ ਤਾਂ ਇਹ ਕਿਰਾਇਆ ਲਈ ਜਾਂਦੇ ਨੇ, ਤੂੰ ਆ ਰਿਹਾ ਦੀ ਮਾੜਾ ਅਸਰ ਪੈਂਦਾ, ਲੋਕ ਕੀ ਗੱਲਾਂ ਕਰਨਗੇ। ਤਾਂ ਉਸ ਗੱਲ ਨੂੰ ਸੋਚ ਕੇ ਉਹਨਾਂ ਨੇ ਫੈਸਲਾ ਲਿਆ ਇਹ। ਚਲ ਦੇਖ ਲਓ ਫਿਰ ਰਾਜਪਾਲ ਨੂੰ ਕਹਿ ਦਾਂਗੇ ਵੀ ਜਾ ਆਊਗਾ ਕਾਲੇ ਨਾਲ ਹਨਾ। ਹਾਂ ਉਹਨੂੰ ਕਹਿ ਬੇਝਿਜਕ ਹੋ ਕੇ ਜਾ ਕੇ ਆ, ਠੀਕ ਹੈ, ਅਤੇ ਆਪਦਾ ਤੁਸੀਂ ਕਰੋ ਜਿਹੜਾ ਕੰਮ ਕਾਰੋਬਾਰ ਜਿਹੜਾ ਤੁਹਾਡਾ ਹੈਗਾ, ਅਤੇ ਉਹ ਕਰਕੇ ਅਤੇ ਆਪਦੀ ਗੱਲਬਾਤ ਪੂਰੀ ਕਰ ਬਸ ਜਿਹੜੀ ਹੈਗੀ ਆ। ਹਾਂ ਕੋਈ ਗੱਲ ਨਹੀਂ। ਹਾਂ ਅਤੇ ਉਹਨੂੰ ਕਹਿ ਮਾੜਾ ਜਿਹਾ ਜਿਹੜੀ ਗੱਲ ਮੈਂ ਉਹਨੂੰ ਕਹੀ ਆ ਉਸ ਗੱਲ 'ਤੇ ਵੀ ਜ਼ੋਰ ਪਾਵੇ। ਹੁਣ ਉਹ ਗੱਲ ਤਾਂ ਨਹੀਂ ਉਹ ਮੰਨਦਾ, ਹੁਣ ਮੈਨੂੰ ਪਤਾ ਉਹਦਾ ਜਿੱਦੀ ਦਾ, ਹੁਣ ਉਹ ਆਪਦੀ ਮਰਜ਼ੀ ਕਰੂਗਾ। ਉਹ ਤਾਂ ਕਹਿੰਦਾ ਤੂੰ ਐਂ ਦੇਖ, ਤੇਰੇ ਬਾਹਰ ਜਾਣ ਤੋਂ ਪਹਿਲਾਂ ਤੇਰਾ ਭਰਾ ਸੈੱਟ ਹੋ ਜਾਊਗਾ। ਮੈਂ ਤਾਂ ਚਾਹੁੰਦੀ ਹਾਂ, ਮੈਂ ਤਾਂ ਚਾਹੁੰਦੀ ਹਾਂ ਮੇਰੇ ਭਰਾ ਦਾ ਘਰ ਪੈ ਜੇ, ਉਹਨੂੰ ਕੋਈ ਚੰਗਾ ਕੰਮ ਮਿਲ ਜੇ, ਉਹਦਾ ਵਿਆਹ ਹੋ ਜੇ ਹਨਾ, ਇਸ ਤੋਂ ਚੰਗਾ ਕਿ ਮੈਂ ਸਾਰਾ ਕੁਝ ਦੇਖ ਕੇ ਜਾਵਾਂ। ਤਾਂ ਹੀ ਤਾਂ ਮੈਂ ਤੈਨੂੰ ਕਹਿਣਾ ਨਾ ਵੀ ਹੁਣ ਤੂੰ ਦੇਖ ਲੈ ਥਾਂ ਬਣ ਗਿਆ, ਠੀਕ ਹੈ, ਇੱਧਰੋਂ ਤੇਰਾ ਬਾਹਰ ਦਾ ਬਣ ਗਿਆ, ਉਦੋਂ ਬਾਅਦ ਉਹਦਾ ਜਿਹੜਾ ਜੋਬ ਦਾ ਮੈਂ ਕਰ ਦੂੰਗਾ ਹੱਲ ਵੀ। ਅਗਰ ਕਿਸੇ ਪਾਸੇ ਕੋਈ ਨਾ ਕੋਈ ਪੱਕਾ ਟਕਾਣਾ, ਇੱਕ ਬਿਜ਼ਨਸ ਤੋਰ ਲਿਆ ਉਹਨੇ, ਪੈਸਾ ਆਉਂਦਾ ਹੋ ਜਾਊਗਾ, ਉਹ ਪੈਸੇ ਪੈਸੇ ਨਾਲ ਫਿਰ ਜਿਹੜਾ ਥਾਂ ਦੇ ਉੱਤੇ ਆਪਦਾ ਘਰ ਬਣਾ ਲਊਗਾ, ਹੋਰ ਕੀ ਹੈਗਾ ਬਸ। ਚੱਲ ਕੋਈ ਗੱਲ, ਤੁਸੀਂ ਐਂ ਕਰਿਓ, ਮੇਰੀ ਗੱਲ ਤਾਂ ਉਹ ਮੰਨਦਾ ਨਹੀਂ, ਤੁਹਾਡਾ ਝੇਖ ਮੰਨੂਗਾ ਵੀ ਜਵਾਈ ਭਾਈ ਉਹ ਕਰਦੇ, ਤੁਸੀਂ ਉਹਨੂੰ ਬੁਲਾ ਕੇ ਨਾ ਇੱਥੇ ਤੇ ਉਹਨੂੰ ਬਹਿ ਕੇ ਸਮਝਾਇਓ ਥੋੜ੍ਹੇ ਭੰਨਿਆ ਮਾੜੇ ਮੁੰਡੇ ਰੋਜ਼ ਜਾਂ ਮਾਰ ਦਿਓ, ਕੁਛ ਨਹੀਂ ਹੁੰਦਾ, ਦਾਰੂ ਦੂਰੂ ਪੀ ਲੈਂਦਾ ਉਹ। ਕਿਉਂ ਮੰਗਾ ਫਿਰ ਉੱਤੇ ਬੈਠ ਕੇ ਗੱਲਬਾਤ ਕਰ ਲਾਂਗੇ ਨਾ ਖੁੱਲ੍ਹ ਕੇ। ਤੁਸੀਂ ਪੀਂਦੇ ਹੋ ਨਾ? ਇੱਕ ਅੱਧਾ ਦਿਨ ਤਾਂ ਕੀ ਹੁੰਦਾ, ਐਂ ਤਾਂ ਪਾਲਟੀ ਸ਼ਾਲਟੀ ਹੋ ਜਾਂਦੀ ਹੈ ਕਦੇ ਕਦੇ ਹੀ। ਅੱਛਾ ਸਾਨੂੰ ਤਾਂ ਦੱਸਿਆ ਨਹੀਂ ਸੀ ਮੁੰਡਾ ਦਾਰੂ ਪੀਂਦਾ। ਇੰਨੀ ਨਹੀਂ ਪੀਂਦਾ, ਅੱਜ ਤੱਕ ਪੀਤੀ ਹੈ ਕਦੇ? ਕੀ ਵਿਆਹ ਸ਼ਾਦੀ 'ਤੇ ਚੱਲ ਜਾਂਦੀ ਹੈ। ਅੱਛਾ ਮਤਲਬ ਪੀਆ ਕਰੋਗੇ, ਦੱਸ ਦਿਓ ਤੁਸੀਂ ਮੈਨੂੰ ਨਾ।
तो छड्डो रहन दो, नहीं पीने दारू ना मेरा भरा दारू पीवे। ਪੀਂਦਾ ਤਾਂ ਕਿਉਂ ਨਹੀਂ? ਤੁਸੀਂ ਛੱਡੋ ਇਹ ਸਾਰੀਆਂ ਗੱਲਾਂ, ਤੁਸੀਂ ਮੈਨੂੰ ਐਂ ਦੱਸੋ ਵੀ ਆਪਾਂ ਰਾਜਪਾਲ ਨੂੰ ਤਾਂ ਕਹੀ ਜਾਂਦੇ ਆ ਵੀ 3-3-4 ਲੱਖ ਰੁਪਇਆ ਦੇ ਦਾਂਗੇ, ਤੇ ਆਪਾਂ ਕਿੱਥੋਂ ਹੱਲ ਕਰਾਂਗੇ? ਫਾਈਲ ਤੇ 25-30 ਲੱਖ ਰੁਪਇਆ ਲੱਗੂਗਾ, ਹੋ ਜਾਊਗਾ ਹੱਲ? ਉਹ ਯਾਰ ਤੂੰ ਉਹਦੀ ਕਿਉਂ ਫਿਕਰ ਕਰਦੀ ਹੈ? ਉਹ ਸਾਰੀ ਜ਼ਿੰਮੇਵਾਰੀ ਮੇਰੀ ਹੈ। ਭੂਆ ਨੇ ਤੈਨੂੰ ਦੱਸਿਆ ਸੀਗਾ ਨਾ ਵੀ ਸਾਰਾ ਖਰਚਾ ਅਸੀਂ ਆਪੇ ਕਰਾਂਗੇ, ਨਾਲ ਤੂੰ ਗੱਲ ਸੁਣ ਮੇਰੀ, ਠੀਕ ਹੈ? ਪਹਿਲਾਂ ਤਾਂ ਮਾਤਾ ਕਹਿੰਦੀ ਸੀਗੀ ਵੀ ਇਹ ਕਰਕੇ ਵੀ ਤੂੰ ਜ਼ਮੀਨ ਗਹਿਣੇ ਕਰ ਦੇ, ਵੀ ਫਿਰ ਉਦੋਂ ਬਾਅਦ 'ਚ ਪੈਸੇ ਜਿਹੜੇ ਹੋਣਗੇ ਉਹਨਾਂ ਨਾਲ ਆਪਾਂ ਕਰ ਲਾਂਗੇ ਸਿਸਟਮ, ਮਾੜੇ ਮੋਟੇ ਆੜਤੀਆਂ ਤੋਂ ਫੜੇ ਜਾਣਗੇ। ਪਰ ਹੁਣ ਕਾਲੇ ਨੇ ਦਿੱਤਾ ਹੌਸਲਾ, ਕਾਲਾ ਕਹਿੰਦਾ ਕੋਈ ਗੱਲ ਨਹੀਂ ਵੀ ਮੈਂ ਪੁੱਛੇ ਵਿਆੜ ਤੀ ਤੋਂ ਪੈਸੇ ਅੱਧੇ, ਠੀਕ ਹੈ? ਜ਼ਮੀਨ ਗਹਿਣੇ ਕਰਨ ਦੀ ਕੋਈ ਲੋੜ ਨਹੀਂ ਗੀ, ਨਾਲ ਤਾਂ ਆਪਣੀ ਜ਼ਮੀਨ ਬਚ ਜੂਗੀ, ਵਿਆਜ ਦੇ ਪੈਸੇ ਮਿਲ ਜਾਣਗੇ ਥੋੜੇ ਬਹੁਤੇ, ਠੀਕ ਹੈ? ਅਤੇ ਉਹ ਭਰ ਕੇ ਬਸ ਆਪਾਂ ਹੱਲ ਕਰ ਲਾਂਗੇ। ਉਹ ਪੈਸੇ ਦੀ ਟੈਨਸ਼ਨ ਨਾ ਲੈ ਤੂੰ, ਉਹ ਸਾਰਾ ਕੁਝ ਅਸੀਂ ਆਪੇ ਕਰ ਲਾਂਗੇ। ਬਸ ਤੂੰ ਆਪਦਾ ਇਕੱਲਾ ਧਿਆਨ ਦੇ ਇੱਧਰ, ਹੁਣ ਆਪਦੇ ਭਰਾ ਨਹੀਂ ਆਪਦੇ ਘਰ ਬੰਨੀ ਅਤੇ ਆਪਣੇ ਇਸ ਘਰ ਬੰਨੀ, ਠੀਕ ਹੈ ਨਾ? ਠੀਕ ਹੈ ਜੀ। ਹਾਂ ਚਲੋ ਮੈਂ ਬਣਾ ਕੇ ਲਿਆਉਣੀ ਤੁਹਾਡੇ ਵਾਸਤੇ ਕੁਛ, ਚੱਲ ਲਿਆ ਸਮਾਨ। ਚਾਹ ਬਣਾ ਲਿਆ? ਠੀਕ ਹੈ ਜੀ। ਪ੍ਰਸ਼ਾਦ ਜਿਹਾ ਬਣਾ ਲਿਆ, ਮਿੱਠਾ ਜਿਹਾ। ਸਤਿ ਸ਼੍ਰੀ ਅਕਾਲ ਦੀ, ਹੋਰ ਠੀਕ ਹੋ? ਹਾਂਜੀ ਵਧੀਆ। ਬੈਠੇ ਪਾਣੀ ਲੈ ਕੇ ਆਉਣੀ ਤੁਹਾਡੇ ਵਾਸਤੇ। ਹੋਰ ਘਰੇ ਸਾਰੇ ਠੀਕ ਸੀਗੇ? ਹਾਂ ਭਾਬੀ ਸਾਰੇ ਠੀਕ ਸੀਗੇ। ਅੱਛਾ ਤੇਰੇ ਵੀ ਕਿੱਥੇ ਆ? ਉਹ ਤਾਂ ਤੁਹਾਨੂੰ ਵੀ ਲੈਣ ਗਏ ਹੋਏ ਸੀ। ਮੈਂ ਤਾਂ ਫੋਨ ਕਰ ਕਰ ਥੱਕ ਗਈ, ਉਹਨਾਂ ਨੂੰ ਪਹੁੰਚੇ ਨਹੀਂ, ਉਹ ਤਾਂ ਮੇਰੇ ਕੋਲ ਪਤਾ ਨਹੀਂ ਕਿੱਧਰ ਲੱਗ ਗਿਆ ਵੀਰਾ। ਓਹੋ, ਫਿਰ ਕਿਤੇ ਖੜ ਗਏ ਹੋਣੇ ਆ। ਫਿਰ ਤੁਸੀਂ ਕਾਸਤੇ ਆਏ? ਮੈਂ ਫਿਰ ਇੱਥੋਂ ਆਟੋ ਲੈ ਕੇ ਆ ਗਈ ਸੀ। ਇੱਕ ਤਾਂ ਤੁਹਾਡੇ ਪਿੰਡ ਨਾ ਆਟੋ ਬਹੁਤ ਔਖਾ ਮਿਲਦਾ। ਦੀਦੀ ਹਜੇ ਮੈਨੂੰ ਤਾਂ ਪਤਾ ਨਹੀਂ ਹੈਗਾ, ਹਾਂ ਕਿਸੇ ਗੱਲ ਦਾ, ਮੈਂ ਤਾਂ ਕਦੇ ਆਈ ਨਹੀਂ ਹੈਗੀ ਨਾ ਉਧਰੋਂ ਅੱਡੇ ਕੰਨੇ। ਅੱਛਾ, ਸੱਚ ਭਾਬੀ, ਪਹਿਲੀ ਗੱਲ ਤਾਂ ਇਹ, ਮੈਂ ਮਾਫ਼ੀ ਮੰਗਦੀ ਹਾਂ, ਮੈਂ ਵੀਰੇ ਦੇ ਵਿਆਹ 'ਤੇ ਆ ਨਹੀਂ ਸਕੀ। ਮੈਂ ਨਾ ਉਸ ਦਿਨ ਦੀ ਟਿਕਟ ਕਰਾਈ ਸੀਗੀ ਪਰ ਟਿਕਟ ਹੀ ਨਹੀਂ ਹੋਈ ਹੈਗੀ। ਅੱਛਾ ਚਲੋ ਕੋਈ ਗੱਲ ਨਹੀਂ, ਹੁਣ ਵੀ ਆ ਗਏ, ਸਾਨੂੰ ਤਾਂ ਇਹੀ ਖੁਸ਼ੀ ਬਥੇਰੀ ਆ। ਹੁਣ ਲਾ ਕੇ ਜਾਏਂਗੀ ਨਾ ਮੇਰੇ ਕੋਲ ਦਿਨ? ਹਾਂ ਭਾਬੀ, ਮੈਂ ਪੂਰਾ ਮਹੀਨਾ ਲਾ ਕੇ ਜਾਵਾਂਗੀ, ਫਿਕਰ ਨਾ ਕਰ ਤੂੰ ਕਿਸੇ ਗੱਲ ਦਾ। ਚਲ ਵਧੀਆ, ਫਿਰ ਤੈਨੂੰ ਘੁਮਾ ਘੁਮੂ ਕੇ ਵੀ ਲਿਆਵਾਂਗੇ ਅਸੀਂ ਕਿਤੇ। ਠੀਕ ਹੈ। ਵੈਸੇ ਭਾਬੀ ਸੋਹਣੇ ਬਹੁਤ ਹੋ ਤੁਸੀਂ, ਮੈਂ ਤਾਂ ਇਕੱਲੇ ਫੋਟੋ 'ਚ ਹੀ ਦੇਖੀਆਂ ਸੀਗੀਆਂ ਵੀਰੇ ਦੇ ਵੈਡਿੰਗ ਦੀ ਫੋਟੋਜ਼, ਅਤੇ ਮੈਂ ਕਿਹਾ ਵੀ ਚੱਲ ਅਸਲੀ 'ਚ ਵੀ ਮਿਲ ਕੇ ਆਵਾਂਗੀ, ਪਰ ਤੁਸੀਂ ਤਾਂ ਫੋਟੋ ਨਾਲ ਵੀ ਜ਼ਿਆਦਾ ਸੋਹਣੇ ਹੋ। ਥੈਂਕ ਯੂ ਦੀ। ਹੋਰ ਦੱਸੋ ਕੀ ਖਾਣਾ ਪੀਣਾ ਤੁਸੀਂ? ਕੁਛ ਵੀ ਨਹੀਂ ਖਾਣਾ, ਮੈਂ ਤਾਂ ਥੋੜ੍ਹਾ ਟਾਈਮ ਰੈਸਟ ਕਰਾਂਗੀ। ਹਾਂ ਕੋਈ ਗੱਲ ਨਹੀਂ, ਕਰ ਲਿਓ ਰੈਸਟ। ਇੰਨੇ ਟਾਈਮ ਦਾ ਸਫ਼ਰ ਸੀਗਾ ਤਾਂ ਕਰਕੇ ਔਖਾ ਹੋ ਗਿਆ ਮੈਨੂੰ ਤਾਂ। ਹਾਂ ਇਹ ਤਾਂ ਹੁੰਦਾ ਹੀ ਆ। ਫਿਰ ਅੱਛਾ ਪਿੰਡੋਂ ਆਏ ਹੁੰਦੀ ਇੱਧਰ? ਹਾਂ ਮੈਂ ਪਿੰਡੋਂ ਹੀ ਆਈ ਸੀਗੀ ਉਰੇ। ਅੱਛਾ ਠੀਕ ਹੈ। ਮੈਂ ਮੰਮੀ ਨੂੰ ਕਿਹਾ ਵੀ ਚੱਲ ਮੈਂ ਮਾਸੀ ਨੂੰ ਮਿਲ ਕੇ ਆਵਾਂ। ਮਾਸੀ ਆਏ ਨੇ ਫਿਰ ਮਾਮੇ ਦੇ ਘਰੋਂ? ਨਾ ਆਏ ਨਹੀਂ ਹੈਗੇ, ਫਿਰ ਅਜੇ ਮਾਮੀ ਬਿਮਾਰ ਹੀ ਹੈ ਨਾ, ਫਿਰ ਉਹਨਾਂ ਕੋਲ ਕੋਈ ਨਹੀਂ ਹੈਗਾ। ਅੱਛਾ, ਤਾਂ ਕਰਕੇ ਆ ਕੁਛ ਦਿਨਾਂ ਤੱਕ ਆਪਾਂ ਵੀ ਚੱਲ ਕੇ ਆਵਾਂ। ਹੁਣ ਤੁਸੀਂ ਇੱਥੇ ਹੈਗੇ, ਤੁਸੀਂ ਵੀ ਨਾਲ ਹੀ ਚੱਲ ਵੜਿਓ, ਪਤਾ ਲਿਆਵਾਂਗੇ ਆਪਾਂ। ਮੈਨੂੰ ਕਹੀ ਜਾਂਦੇ ਸੀ ਮਾਸੀ ਵੀ ਖਾਸੀ ਬਿਮਾਰ ਹੈ ਮਾਮੀ। ਹਾਂ ਅਤੇ ਨਾ ਤੁਸੀਂ ਮੰਮਾ ਨੂੰ ਨਾਲ ਲਿਆਉਂਦੇ? ਮੰਮੀ ਨੂੰ ਨਾਲ ਲੈ ਤਾਂ ਆਉਂਦੀ, ਨਾਲੇ ਤੁਹਾਨੂੰ ਪਤਾ ਹੀ ਹੈ ਜਦੋਂ ਗੱਲਾਂ ਮਾਰਨ ਲੱਗ ਜਾਏ ਨਾ ਫਿਰ ਉਹਦਾ ਇਹ ਨਹੀਂ ਪਤਾ ਹੈਗਾ ਵੀ ਗੱਲਾਂ ਹੀ ਮਾਰਨ ਲੱਗ ਜਾਏ, ਘਰੇ ਕੰਮ ਵੀ ਬਥੇਰੇ ਹੁੰਦੇ ਨੇ। ਚੱਲ ਕੋਈ ਨਾ, ਫਿਰ ਜੀ ਲਵਾਈ ਰੱਖਦੇ, ਵਧੀਆ ਹੋ ਗਿਆ ਤੁਸੀਂ ਆ ਗਏ, ਮੈਂ ਵੀ ਘਰੇ ਇਕੱਲੀ ਸੀ, ਹੁਣ ਮੇਰਾ ਵੀ ਜੀ ਲੱਗ ਜੂਗਾ ਤੁਹਾਡੇ ਨਾਲ। ਤਾਂ ਹੀ ਤਾਂ ਭਾਬੀ ਮੈਂ ਤੁਹਾਡੇ ਕੋਲ ਆਈ ਹਾਂ, ਮੈਨੂੰ ਮਾਸੀ ਨੇ ਫੋਨ ਕਰਕੇ ਦੱਸਤਾ ਸੀਗਾ ਵੀ ਭਾਬੀ ਇਕੱਲੀ ਹੈ, ਮੈਂ ਕਿਹਾ ਚੱਲ ਮੈਂ ਭਾਬੀ ਕੋਲ ਮਹੀਨਾ ਲਾਇਆ ਵਾਂਗੀ, ਨਾਲੇ ਤੁਹਾਡਾ ਜੀ ਲੱਗਿਆ ਰਹੂਗਾ। ਹਾਂ ਇਹ ਤਾਂ ਵਧੀਆ, ਆ ਗਿਆ ਤੇਰਾ ਵੀਰਾ। ਨਾ ਤੁਸੀਂ ਲੈਣ ਤਾਂ ਇਹਨੂੰ ਗਏ ਸੀਗੇ, ਤੁਸੀਂ ਕਿੱਧਰ ਰਹਿ ਗਏ? ਸਤਿ ਸ਼੍ਰੀ ਅਕਾਲ। ਮੈਂ ਗੁੱਸੇ ਆ ਵੀਰੇ ਤੁਹਾਡੇ ਨਾਲ। ਕਿਉਂ, ਕੀ ਹੋ ਗਿਆ? ਫੋਨ ਨਹੀਂ ਚੱਕਦੇ ਮੇਰਾ ਤੁਸੀਂ। ਫੋਨ ਕਿਸ ਚੱਕਦਾ? ਉਹ ਨਾਲ ਨਾ ਮੁੰਡਾ ਮਿਲ ਗਿਆ ਸੀਗਾ, ਉਹਨੇ ਬਾਹਰ ਜਾਣਾ, ਉਹ ਤੋਂ ਮੈਂ ਪਤਾ ਕਰਨ ਲੱਗ ਗਿਆ ਸੀਗਾ, ਮੈਂ ਕਿਹਾ ਵੀ ਕੀ ਸਿਸਟਮ ਆ ਬਾਹਰ ਦਾ ਹੋਣਾ, ਹੈਨਾ? ਅੱਛਾ, ਤੁਸੀਂ ਬਾਹਰ ਜਾਣਾ? ਨਾ, ਤੇਰੀ ਭਰਜਾਈ ਨੇ ਜਾਣਾ। ਲੈ ਮੈਨੂੰ ਤਾਂ ਕਿਸੇ ਗੱਲ ਦੀ ਖਬਰ ਹੀ ਨਹੀਂ ਹੈਗੀ। ਖਬਰ ਤਾਂ ਫੇਰ ਹੀ ਹੋਊਗੀ ਜੇ ਤੂੰ ਫੋਨ ਚੱਕੇਂਗੀ, ਉੱਥੇ ਜਾ ਕੇ ਤਾਂ ਤੂੰ ਕੰਮ 'ਚ ਬਿਜ਼ੀ ਹੋ ਜਾਂਦੀ ਹੈ। ਫਿਰ ਤੁਹਾਨੂੰ ਪਤਾ ਤਾਂ ਹੈ ਉੱਥੇ ਇੱਕ ਤਾਂ ਟਾਈਮ ਇਸ਼ੂ, ਇੱਧਰ ਤੁਹਾਡੇ ਦਿਨ ਹੁੰਦੇ ਆ, ਉੱਧਰ ਮੇਰੇ ਰਾਤ ਹੁੰਦੀ ਆ, ਬਸ ਐਵੇਂ ਲੰਘ ਜਾਂਦਾ ਸ਼ਿਫਟਾਂ 'ਚ ਟਾਈਮ। ਬਾਕੀ ਉੱਥੇ ਤਾਂ ਕੰਮ ਹੀ ਜ਼ਰੂਰੀ ਹੈ, ਜੇ ਕੰਮ ਕਰਾਂਗੇ ਤਾਂ 4 ਪੈਸੇ ਬਣਨਗੇ। ਬਾਕੀ ਜੇ 10 ਦਿਨ ਪਹਿਲਾਂ ਆ ਜਾਂਦੀ ਫਿਰ ਤੈਨੂੰ ਵਿਆਹ ਵੀ ਦਿਖਾ ਦਿੰਦੇ। ਵੀਰੇ ਉਹ ਤਾਂ ਪਹਿਲਾਂ ਹੀ ਗਿਲਟੀ ਫੀਲ ਕਰੀ ਜਾਂਦੀ ਆ। ਚੱਲ ਕੋਈ ਨਾ, ਹੁਣ ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ। ਮੇਰੇ ਕਿਹੜਾ ਟਿਕਟ ਹੋਈ ਆ ਉਸ ਦਿਨ ਦੀ, ਦੱਸਿਆ ਤਾਂ ਸੀਗਾ ਮੈਂ ਤੁਹਾਨੂੰ, ਬਹੁਤ ਜ਼ੋਰ ਲਗਾ ਲਿਆ ਮੈਂ ਕਿਹਾ ਚੱਲ ਮੈਨੂੰ ਮਹਿੰਗੀ ਤੋਂ ਮਹਿੰਗੀ ਵੀ ਟਿਕਟ ਮਿਲ ਜੇ, ਪਰ ਉਹ ਵੀ ਨਹੀਂ ਮਿਲੀ ਮੈਨੂੰ ਤਾਂ। ਚੱਲ ਤੈਨੂੰ ਮੰਮੀ ਨੇ ਫਿਰ ਦੱਸਿਆ ਹੀ ਹੋਊਗਾ, ਹੁਣ ਮੈਨੂੰ ਸਾਰਾ ਕੁਛ ਸਮਝਾ ਦਿੰਦੀ ਵੀ ਕੀ ਸਿਸਟਮ ਹੈ ਬਾਹਰ ਕਿਵੇਂ, ਹੈ ਨਾ, ਸਾਰਾ ਕੁਛ ਚੱਲਦਾ ਗਾ, ਉਹਨਾਂ ਨੇ ਜਾਣਾ, ਬਾਕੀ ਤਾਂ ਤੇਰੇ ਕੋਲੇ ਰਹਿਣ ਦਾ ਕਰਾਂਗੇ, ਇਹਦਾ ਚੰਗਾ। ਹਾਂ ਹਾਂ ਕੋਈ ਗੱਲ ਨਹੀਂ ਵੀਰੇ, ਮੈਂ ਤਾਂ ਉੱਥੇ ਘਰ ਲਿਆ ਹੀ ਹੋਇਆ ਤੁਹਾਨੂੰ ਪਤਾ ਹੀ ਹੈ, ਨਾਲੇ ਭਾਬੀ ਨੂੰ ਮੈਂ ਸਾਰਾ ਕੁਝ ਸਮਝਾ ਦਾਂਗੀ ਉੱਥੇ ਕੀ ਪ੍ਰੋਸੈਸ ਹੈ ਕੀ। ਹਾਂ ਚਲ ਐਂ, ਕੋਈ ਆਪ ਵੀ ਬੁਲਾ ਲਾਂਗੇ, ਕੋਈ ਆਪ ਦਾ ਹੋ ਜਾਊਗਾ ਉੱਥੇ, ਹੈ ਨਾ? ਚਲ ਆ ਤਾਂ ਸੌਖਾ ਹੋ ਗਿਆ, ਨਾਲ ਤੁਸੀਂ ਪਹਿਲਾਂ ਬੁਲਬੁਲ ਨੂੰ ਘਰੇ ਛੱਡ ਕੇ ਜਾਣਾ ਸੀ, ਫਿਰ ਕੰਮ ਜਾ ਆਉਂਦੇ, ਇਹ ਵਿਚਾਰੀ ਆਟੋ 'ਤੇ ਆਈ ਹੈ ਹੁਣ। ਉਹ ਮੈਨੂੰ ਪਤਾ ਨਹੀਂ ਸੀਗਾ, ਮੈਂ ਜਦੋਂ ਗਿਆ ਉੱਥੇ ਮੈਨੂੰ ਮਿਲ ਗਿਆ ਯਾਰ, ਉਹ ਕਹਿੰਦਾ ਯਾਰ ਅੰਕਲ ਕੇ ਪਾਰਟੀ, ਵਿਆਹ ਦੀ, ਵਿਆਹ 'ਤੇ ਨਹੀਂ ਨਾ ਆਇਆ ਸੀਗਾ ਮੁੰਡਾ, ਅੱਛਾ ਅੱਛਾ, ਹਾਂ।
ਫਿਰ ਵੀ ਮੈਂ ਤਾਂ ਵੇਟ ਕਰਦੀ ਕਰਦੀ ਥੱਕ ਗਈ, ਅੱਧਾ ਘੰਟਾ ਹੋ ਗਿਆ ਸੀ ਮੈਨੂੰ ਉੱਥੇ ਵੇਟ ਕਰਦੀ। ਚਲ ਕੋਈ ਗੱਲ ਨਹੀਂ, ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ, ਠੀਕ ਹੈ? ਕਾਫੀ ਪੀਓਗੇ ਕਿ ਚਾਹ? ਜੋ ਮਰਜ਼ੀ ਬਣਾ ਦਿਓ। ਕੈਨੇਡਾ ਆ ਰਿਹਾ, ਕਾਫੀ ਪੀਣਗੇ। ਅੱਛਾ। ਹੈਲੋ। ਹਾਂ ਮਨਿੰਦਰ ਪੁੱਤ, ਕਿਵੇਂ ਹੈ? ਵਧੀਆ ਮੰਮੀ, ਤੁਸੀਂ ਦੱਸੋ ਕਿਵੇਂ ਹੋ? ਠੀਕ ਠਾਕ। ਹੋਰ ਟਾਈਮ ਨਾਲ ਪਹੁੰਚ ਗਏ ਸੀ ਪੁੱਤ? ਹਾਂਜੀ ਹਾਂਜੀ ਮੰਮੀ, ਟਾਈਮ ਨਾਲ ਪਹੁੰਚ ਗਏ ਸੀ। ਹੋਰ ਕੀ ਕਰੀ ਜਾਂਦੇ ਹੋ? ਬਸ ਕੁਛ ਨਹੀਂ, ਬੈਠੀ ਸੀ। ਮੈਂ ਆਖਿਆ ਚੱਲ ਮੈਂ ਕਿਹਾ ਫੋਨ ਲਾ ਲਾ ਮਨਿੰਦਰ ਨੂੰ। ਤੇ ਤੇਰੀ ਸੱਸ ਆ ਗਈ? ਨਾ ਨਾ ਮੰਮੀ, ਹਜੇ ਤਾਂ ਕਿੱਥੇ ਹੈ, ਤਾਂ ਲਾ ਕੇ ਆਉਣਗੇ 10-15 ਦਿਨ ਉਹ। ਹਾਂ ਚੱਲ ਕੋਈ ਨਾ ਪੁੱਤ, ਫਿਰ ਠੀਕ ਹੋਏ ਤੂੰ ਆਊਗੀ। ਹਾਂਜੀ, ਉਹ ਤਾਂ ਨਨਾਣ ਆ ਗਈ ਸੀ ਮੇਰੀ, ਉਹ ਗੁਰਬੁਲ ਮਾਸੀ ਦੀ ਕੁੜੀ। ਅੱਛਾ ਅੱਛਾ, ਜਿਹੜੀ ਨੂੰ ਕਹਿੰਦੇ ਸੀ ਵੀ ਕੁੜੀ ਨੇ ਆਉਣਾ ਹੈ? ਹਾਂਜੀ ਹਾਂਜੀ, ਬਸ ਉਹ ਘੰਟੇ ਕੁ ਪਹਿਲਾਂ ਹੀ ਆਏ ਨੇ ਉਹ। ਚੱਲ ਪੁੱਤ ਵਧੀਆ, ਤੇਰਾ ਕੱਲੀ ਜੀ ਦਾ ਜੀ ਨਹੀਂ ਸੀ ਲੱਗਣਾ, ਚੱਲ ਇਹਦੇ ਨਾਲ ਜੀ ਲੱਗ ਜਾਊਗਾ। ਮੰਮੀ ਵਧੀਆ ਲੋਟੇ ਸੁਭਾਅ ਦੀ ਆ, ਲੱਗਦਾ ਹੀ ਨਹੀਂ ਹੈਗਾ ਕਿ ਬਾਹਰ ਰਹਿ ਕੇ ਆਈ ਹੁੰਦੀ ਆ। ਅੱਛਾ ਪੁੱਤ। ਹਾਂ ਚੱਲ ਵਧੀਆ ਪੁੱਤ, ਉਹ ਜਦੋਂ ਦੀ ਆਈ ਮੈਂ ਤਾਂ ਜੀ ਲਗਾ ਰੱਖਿਆ ਉਹਨੇ, ਲਾ ਕੇ ਜਾਊਗੀ ਹੁਣ ਤਾਂ ਮਹੀਨਾ। ਚੱਲ ਕਹਿ ਦੀ, ਕਹਿ ਰਹਿ ਹੁਣ ਤਾਂ ਇੱਥੇ। ਹਾਂ ਕਹਿ ਮੈਂ ਉਹਨੂੰ। ਤੇ ਹੋਰ ਵੀਰਾ ਚਲੀ ਜਾਂਦਾ? ਬਸ ਕੁਛ ਨਹੀਂ, ਵੀਰਾ ਤਾਂ ਤੇਰਾ ਗਿਆ ਹੋਇਆ, ਤੇ ਮੈਂ ਤੈਨੂੰ ਐਂ ਪੁੱਛਦੀ ਸੀ ਤੇ ਲਾਡੀ ਨੇ ਕਰੀ ਤੇਰੇ ਨਾਲ ਕੋਈ ਗੱਲ? ਹਾਂ ਮੰਮੀ, ਸੱਚਾ ਉਹ ਕਹਿੰਦੇ ਸੀ, ਉਹਨੇ ਕਾਲੀ ਨਾਲ ਗੱਲ ਕੀਤੀ ਸੀ। ਹਾਂ ਤੇ ਉਹ ਤਾਂ ਹੁਣ ਐਂ ਕਹਿੰਦੇ ਵੀ ਕੁਛ ਨਹੀਂ ਹੁੰਦਾ, ਜੇ ਕਾਲਾ ਕਹਿੰਦਾ ਹੈਗਾ ਤਾਂ ਵੀ ਲਵਾ ਲਓ, ਵੀ ਆਪਦੇ ਨਾਮ ਜਿਹੜਾ ਥਾਂ ਹੈਗਾ ਇਹ ਵਾਲਾ, ਅੱਛਾ ਵਧੀਆ ਦਾ ਘਰ ਪਾ ਲਿਓ, ਕਹਿੰਦਾ ਵੀ ਉਹ ਦਿਲ ਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਹਨਾ ਚੱਲ ਠੀਕ ਹੈ ਪੁੱਤ, ਮੇਰੀ ਗੱਲ ਸੁਣ, ਜੇ ਐਂ ਸੁਣਾਉਣ ਵਾਲੇ ਹੁੰਦੇ ਤਾਂ ਕਹਿੰਦੇ ਹੀ ਨਾ ਅਗਲੇ। ਹਾਂ ਉਹ ਕਹਿੰਦਾ ਕਾਲ ਤਾਂ ਐਂ ਕਹਿਤਾ ਵੀ ਇੱਕ ਹਿਸਾਬ ਦਾ, ਮੈਂ ਤਾਂ ਵੀ ਮਨਿੰਦਰ ਦਾ ਕੰਨਿਆਂ ਦਾ ਨਹੀਂ ਕਰਤਾ ਵੀ ਐਂ ਸਮਝ ਲਓ। ਚੱਲ ਠੀਕ ਹੈ ਫਿਰ ਤਾਂ ਮੈਂ ਰਾਜਪਾਲ ਨੂੰ ਕਹਿ ਦੂੰਗੀ ਭਾਈ, ਜਾ ਕੇ ਕਚਹਿਰੀ 'ਚ ਲਿਖਾ ਲਿਆ। ਚੱਲ ਇੰਨੇ ਆਪਾਂ ਬੈਠੇ ਹਾਂ, ਜਦੋਂ ਕੋਈ 4 ਰੁਪਈਏ ਜੁੜ ਗਏ ਚੱਲ ਉਦੋਂ ਸਮਰਾ ਸਮਰਾਈ ਕਰ ਲਾਂਗੇ। ਮੈਂ ਕਿਹਾ ਦੇਖ ਲੈ ਇਹੋ ਜਿਹੇ ਰਿਸ਼ਤੇਦਾਰ ਕਿਸੇ ਨੂੰ ਮਿਲਦੇ ਆ, ਹਨਾ। ਸਹੀ ਗੱਲ, ਮੈਂ ਤਾਂ ਪਹਿਲੀ ਵਾਰੀ ਦੇਖਿਆ ਇਹ ਰਿਸ਼ਤੇਦਾਰ। ਹਾਂ ਨਹੀਂ ਤਾਂ ਉਹੀ ਜੇ ਕੁਛ ਕਿਸੇ ਦਾ ਕੁਛ ਬਣ ਜੇ ਰਿਸ਼ਤੇਦਾਰ ਮੱਚਦੇ, ਤੇ ਇਹਨਾਂ ਨੇ ਦੇਖ ਲੈ ਕਹਿਤਾ ਵੀ ਸਾਡੇ ਕੋਲ ਤਾਂ ਬਥੇਰਾ ਭਾਈ, ਚੱਲ ਆ ਥਾਂ ਤੁਸੀਂ ਸਾਂਭ ਲਓ। ਇਹ ਵਧੀਆ ਮੰਮੀ, ਸਾਰਿਆਂ ਦਾ ਸੁਭਾਅ ਹੈਗਾ ਹਨਾ। ਚੱਲ ਪੁੱਤ ਵਧੀਆ, ਨਾਲੇ ਆਏ ਆ ਸਾਡੀ ਟੈਨਸ਼ਨ ਮੁੱਕੀ ਹੈ। ਕਿੱਥੇ ਤਾਂ ਮੈਨੂੰ ਐਂ ਫਿਕਰ ਸੀ ਵੀ ਰਾਜਪਾਲ ਕਮਾਈ ਕਰੂਗਾ, ਘਰ ਬਣਾਊਗਾ, ਫਿਰ ਇਹਦਾ ਵਿਆਹ ਕਰੂੰਗੀ। ਚੱਲ ਕਿੱਥੇ ਹੁਣ ਕਮਾਈ ਕਰਕੇ ਚੱਲ ਸਮਰ ਸਮਰਾਈ ਕਰ ਲਾਂਗੇ, ਚੱਲ ਇਹਦਾ ਕੋਈ ਦੇਖ ਲਾਂਗੇ, ਚੱਲ ਇਹਦਾ ਵੀ ਬਣ ਜੂਗਾ। ਹੋਰ ਦੱਸ? ਬਸ ਵਧੀਆ ਮੰਮੀ, ਚਲੋ ਠੀਕ ਹੈ, ਮੈਂ ਉਹਨੂੰ ਕੁਝ ਖਾਣ ਨੂੰ ਬਣਾ ਕੇ ਦੇ ਦਾਂ ਹਨਾ। ਅੱਛਾ ਬਣਾ ਲਈ ਰੋਟੀ? ਰੋਟੀ ਬਣਾਉਣ ਲੱਗੀ ਸੀ ਮੈਂ, ਉਹ ਸਬਜ਼ੀ ਸੁਬਜ਼ੀ ਤਾਂ ਤਿਆਰ ਕਰ ਲਈ। ਅੱਛਾ ਹਾਂ, ਰੋਟੀ ਬਣਾਉਣ ਲੱਗੀ ਸੀਗੀ। ਚੱਲ ਠੀਕ ਹੈ, ਤੇ ਲਾ ਲਾ ਕਰ ਫੋਨ ਤੂੰ ਵੀ। ਠੀਕ ਹੈ ਮੰਮੀ, ਲਾ ਲੈ ਕਰੂੰਗੀ। ਹਾਂ ਤੇ ਚੱਲ ਜਦ ਤੇਰੀ ਸੱਸ ਆਈ ਦੱਸਦੀ, ਚੱਲ ਮੈਂ ਪਤਾ ਲੈ ਜੂੰਗੀ। ਠੀਕ ਹੈ ਮੰਮੀ, ਠੀਕ ਹੈ। ਹਾਂ ਪੁੱਛ ਲੂੰਗੀ ਤੇਰੀ ਮਾਮੀ ਦਾ ਹਾਲ ਚਾਲ। ਠੀਕ ਹੈ, ਤੇ ਊਂ ਤਾਂ ਮੈਂ ਆਊਂਗੀ ਦੀਵਾਲੀ ਦਾ ਸਮਾਨ ਦੇਣ ਤੈਨੂੰ। ਕਦੋਂ ਆਊਂਗੀ ਮੰਮੀ? ਮੈਂ ਦੇਖਦੀ ਹਾਂ, ਚੱਲ ਕੋਈ ਨਾ ਰਾਜਪਾਲ ਨਾਲ ਰਾਏ ਕਰਦੇ ਹਾਂ, ਹਜੇ ਤਾਂ ਤੈਨੂੰ ਗਈ ਨੂੰ, ਅੱਜ ਤਾਂ ਗਈ ਹੈ। ਚੱਲ ਚੰਗਾ ਪੁੱਤ, ਠੀਕ ਹੈ ਪੁੱਤ, ਚੰਗਾ। ਚੱਲ ਵਧੀਆ, ਆ ਗਈ ਉਹਦੀ ਨਣ ਦੀ ਜਵਾਕੜੀ ਦਾ ਜੀ ਲੱਗ ਜੂਗਾ। ਚੱਲ ਕਹਿੰਦੀ ਹੈ ਰਾਜਪਾਲ ਨੂੰ, ਤਿਆਰੀ ਵਾਰੀ ਕਰਾਂਗੇ, 2-4 ਦਿਨਾਂ ਤੱਕ ਹੀ ਜਾ ਆਵਾਂਗੇ, ਸਮਾਨ ਦੇ ਆਵਾਂਗੇ। ਤਿਉਹਾਰ ਤਾਂ ਸਿਰ 'ਤੇ ਚੜਿਆ ਹੁੰਦਾ, ਫਿਰ ਮਗਰੋਂ ਕੀ ਕਰਨਾ। ਕੀ ਗੱਲ ਪੁੱਤ, ਚੁੱਪ ਜੇ ਕਰਕੇ ਆ ਕੇ ਪੈ ਗਿਆ? ਬਸ ਬੇਬੇ ਥੱਕ ਜਾਂਦੇ ਹਾਂ, ਚੁੱਪ ਜੇ ਕਰਕੇ ਪੈਣਾ, ਹੋਰ ਇੱਥੇ ਦੱਸੋ ਕਿਸ ਤਰ੍ਹਾਂ ਗੱਲਾਂ ਕਰਗੇ। ਚੱਲ ਪੁੱਤ ਥਕੇਵਾਂ ਤਾਂ ਹੋ ਹੀ ਜਾਂਦਾ, ਕੋਈ ਗੱਲ ਨਹੀਂ, ਕੰਮ ਤੈਨੂੰ ਪਤਾ ਡਿਊਟੀ ਦਾ ਔਖਾ ਨਾ, ਰਾਤ ਨੂੰ ਖੜੀ ਲੱਤ ਰਹਿਣਾ ਪੈਂਦਾ, ਜਾਗਦੇ ਰਹਿੰਦੇ ਹਾਂ। ਉਹ ਤਾਂ ਮੈਂ ਮੰਨਦੀ ਹਾਂ, ਫਿਰ ਹੁਣ ਕੰਮ ਤਾਂ ਕਰਨਾ ਹੀ ਹੈ ਪੁੱਤ। ਹਾਂ ਇਹ ਤਾਂ ਹੈ, ਰੋਟੀ ਖਾਣੀ ਆ, ਕੰਮ ਵੀ ਕਰਨਾ ਹੀ ਪਊ। ਹਾਂ ਲੋਕਾਂ ਦੀ ਗੁਲਾਮੀ ਹੋਰ ਨਾ ਕੰਮ ਕਰਨ ਨਾਲ ਤਾਂ ਇਹ ਚੰਗੀ ਹੈ। ਇਹ ਤਾਂ ਹੈਗਾ। ਅਤੇ ਇੱਕ ਮੈਂ ਤੈਨੂੰ ਐਂ ਕਹਿੰਦੀ ਸੀ, ਮਨਿੰਦਰ ਨਾਲ ਮੈਂ ਫੋਨ 'ਤੇ ਗੱਲ ਕਰੀ ਸੀ ਵੀ ਲਾਡੀ ਕੀ ਕਹਿੰਦਾ, ਅਤੇ ਕਾਲੇ ਨੇ ਇਹੀ ਗੱਲ ਕਹੀ ਹੈ ਲਾਡੀ ਕੋਲ ਵੀ ਮੈਂ ਪੈਸਾ ਨਹੀਂ ਲੈਣਾ, ਵੀ ਫ੍ਰੀ ਮੈਂ ਤਾਂ ਨਾਮ ਕਰਾਊਂਗਾ। ਅਤੇ ਲਾਡੀ ਵੀ ਕਹਿੰਦਾ ਕੋਈ ਗੱਲ ਨਹੀਂ ਭਾਈ, ਤੁਸੀਂ ਨਾਮ ਕਰਾ ਲਓ। ਅੱਛਾ, ਵੀ ਮਨਿੰਦਰ ਕਹਿੰਦੀ ਕਰਾ ਲਓ ਨਾ ਕੋਈ ਗੱਲ ਨਹੀਂ, ਕਹਿ ਤਾਂ ਲਾਡੀ ਨੇ ਵੀ ਕਹਿਤਾ। ਵਧੀਆ, ਚੱਲ ਫਿਰ ਜੇ ਥਾਂ ਮਿਲਦਾ ਹੁਣ ਕੌਣ ਦਿੰਦਾ ਅੱਜ ਕੱਲ੍ਹ, ਤੈਨੂੰ ਪਤਾ ਬੇਬੇ ਕੋਈ ਹੈ 10 ਰੁਪਏ ਨਹੀਂ ਦਿੰਦਾ। ਚੱਲ ਪੁੱਤ ਇਹ ਵੀ ਐਂ ਰਿਸ਼ਤੇਦਾਰੀ ਕਰਕੇ ਦੇ ਤਾ ਇਹਨਾਂ ਨੇ, ਵੀ ਚੱਲ ਇਹਨਾਂ ਕੋਲ ਹੈ ਨਹੀਂ, ਚੱਲ ਸਾਰਾ ਕੁਛ ਵਿਕ ਗਿਆ ਇਹਨਾਂ ਦਾ, ਚੱਲ ਆਪਣੇ ਕੋਲ ਇੰਨਾ ਪਿਆ। ਰੱਬ ਦੇਂਦਾ ਐਂ ਤਾਂ ਹੈ, ਰੱਬ ਤਾਂ ਕਿਤੇ ਖੜਾ ਹੋਣਾ ਕਿ ਨਹੀਂ। ਉਹੀ ਤਾਂ ਗੱਲ ਹੈ ਪੁੱਤ, ਕਿਸੇ ਦੇ ਕਹਿੰਦੇ ਹੁੰਦੇ ਰੱਬ ਹੀ ਵੱਸਦਾ ਹੁੰਦਾ ਕਿਸੇ ਬੰਦੇ 'ਚ। ਹਾਂ ਇਹ ਤਾਂ ਹੈ, ਜਿਹਨਾਂ ਨੇ ਕੋਈ ਦੇਖਿਆ ਆਪਣੇ 'ਚ ਦੇਖ ਲਾ, ਗਾਹਾਂ ਦੀ ਗਾਹਾਂ ਰਿਸ਼ਤੇਦਾਰੀ ਬਣੀ। ਹਾਂ ਅਤੇ ਆਹ ਪੌੜੀ ਨੂੰ ਆ ਗਿਆ ਜਾ। ਚੱਲ ਮੈਂ ਤੈਨੂੰ ਹੁਣ ਆਈ ਕਹਿੰਦੀ ਸੀ ਵੀ ਜਦੋਂ ਕੋਈ 4 ਰੁਪਏ ਆਪਣੇ ਕੋਲ ਇਕੱਠੇ ਹੋ ਗਏ ਨਾ, ਤੇ ਇੱਥੇ ਕੋਈ ਰੰਗ ਰੋਗਨ ਜਾਂ ਕਰਵਾ ਦੀ, ਆਹ ਜਿਹੜਾ ਮਾੜਾ ਮੋਟਾ ਸਮਿੰਟ ਲਿਆ ਹੈ ਇਹ ਲਵਾ ਦੀ।
हाँ मैं करदा इतने बई गल मैं जानता नहीं पेंटर किसी दिवाली तो पहला करा देना बड़ा लगी जाता बड़ा देख मजा देना ਨਾ ਦਿਵਾਲੀ ਤੋਂ ਪਹਿਲਾਂ ਕਰ ਲਈ ਉਹ ਸਿਮੈਂਟ ਜਾਂ ਲਿਹਾ ਜਿਹੜਾ ਉੱਥੇ ਸਿਮੈਂਟ ਲਵਾ ਦੀ ਸਾਰਾ ਠੀਕ ਕਰਾ ਤੇ ਰਾਈਆਂ ਛੱਡੀ ਖੜਾ ਸੈੱਟ ਕਰਾ ਦਾਂਗੇ ਮਨਾ ਜਾ ਕਿਤੇ ਮੀਂਹ ਮੂੰਹ ਚ ਡਿੱਗਣਾ ਪਵੇ ਉੱਤੇ ਭਾਣ ਹਾਂ ਫਿਰ ਮੈਂ ਕਹਿੰਦੀ ਚੱਲ ਹੌਲੀ ਹੌਲੀ ਕੋਈ ਤੀਰਾ ਦੇਖ ਲਾਂਗੇ ਆਹੋ ਚੱਲ ਮੇਰਾ ਤਾਂ ਹੁਣ ਕਿਰਾ ਪੈਰ ਤਾਂ ਲੱਗ ਜਾਣ ਇੱਕ ਪਾਸੇ ਤਾਂ ਮੜਾ ਸੈਟਿੰਗ ਹੋਵੇ ਚੱਲ ਕੋਈ ਨਾ ਪੁੱਤ ਇਹ ਐਡੀ ਛੇਤੀ ਕਿਹੜਾ ਆਪਣੇ ਹੱਥਾਂ 'ਚ ਹੀ ਪਿਆ ਜੇ ਦੇਖਾਂਗੇ ਫੇਰ ਹੀ ਰਿਸ਼ਤਾ ਮਿਲੂਗਾ ਹੌਲੀ ਹੌਲੀ ਐਂ ਤਾਂ ਹੈਗਾ ਐਂ ਤਾਂ ਹੀ ਤੇਰੇ ਜਿੰਨਾ ਚਿਰ ਨੈਣ ਪ੍ਰਾਣ ਚੱਲਦੇ ਉਹਨਾਂ ਚਿਰ ਤਾਂ ਕੀ ਲੋੜ ਆ ਜੇ ਹੈ ਵੀ ਪੁੱਤ ਚੱਲ ਨੈਣ ਪ੍ਰਾਣ ਦੀ ਗੱਲ ਨਹੀਂ ਹੁੰਦੀ ਜੇ ਕਹਿੰਦੇ ਹੁੰਦੇ ਆਪਾਂ ਐਂ ਕਰੀ ਜਾਵਾਂਗੇ ਹੋ ਜੂ ਓਨਾ ਹੀ ਪਿੱਛੇ ਗੱਲ ਵਗ ਜਾਂਦੀ ਹੈ ਹਾਂ ਇਹ ਤਾਂ ਹੈ ਖਰ ਬਾਕੀ ਹੁਣ ਉਮਰ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਮੁੜ ਕੇ ਵਾਲਾ ਕਹਿੰਦਾ ਉਮਰ ਵੱਡੀ ਆ ਜਾਓ ਹਾਂ ਤਾਂ ਮੈਂ ਕਹਿੰਦੀ ਹਾਂ ਚੱਲ ਕਹਾਂਗੇ ਸਿੰ ਤੇਰੀ ਆਂਟੀ ਨੂੰ ਕਹੂੰਗੀ ਆਹੋ ਇਹਦੇ ਨਾਲ ਆਂਟੀ ਨਾਲ ਗੱਲ ਕਰਕੇ ਦੇਖ ਲਈ ਤੂੰ ਹਾਂ ਵੀ ਕੁੜੀ ਦਾ ਤਾਂ ਕਰਾਤਾ ਹੁਣ ਅਸੀਂ ਤਾਂ ਭਾਈ ਇੱਥੇ ਕਿਸੇ ਨੂੰ ਜਾਣਦੇ ਨਹੀਂ ਵੀ ਹੁਣ ਤੂੰ ਹੀ ਕਰਾਉਣਾ ਮੁੰਡੇ ਦਾ ਵੀ ਇਹ ਵੀ ਆ ਕਰ ਦਿਆਂਗੇ ਜੇ ਜਾ ਹੋਇਆ ਬਿਆਰਾ ਹੋਰ ਚੱਲ ਕੋਈ ਨਾ ਤਾਂ ਆਪਾਂ ਕਰਨਾ ਹੀ ਆ ਮੈਂ ਤੈਨੂੰ ਐਂ ਕਹਿੰਦਾ ਸੀ ਹਾਂ ਸੇਵੀਆਂ ਨਹੀਂ ਪੰਗਾ ਪੰਗਾ ਬਣਾਣਾ ਸੁੱਖ ਭਾਈ ਲੱਗੀ ਪਈ ਯਾਰ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਬਣਾ ਦਨੂ ਤਾਂ ਰੋਟੀ ਵੀ ਬਣੀ ਪਈ ਜੇ ਰੋਟੀ ਖਾਣੀ ਆ ਤਾਂ ਰੋਟੀ ਨੂੰ ਜੀ ਨਹੀਂ ਕਰਦਾ ਚੱਲ ਸੇਵੀਆਂ ਜੇ ਬਣਾ ਦਾਨੀ ਪੁੱਤ ਸੇਵੀਆਂ ਬਣਾ ਹਾਂ ਚੰਗਾ ਫਿਰ ਮੈਂ ਕਰਦਾ ਆਰਾਮ ਘੰਟਾ ਕਰ ਲੈ ਤੇ ਕਾਲੇ ਕੋਲੇ ਜਾਇਆ ਜੀ ਚੰਗਾ ਆਏ ਹਾਏ ਓਏ ਹਰਪ੍ਰੀਤ ਕਿਵੇਂ ਆ ਬੁਖਾਰ ਉਤਰੇ ਮਣ ਮੋਟਾ ਹਾਂ ਭੂਆ ਫਰਕ ਅੱਗੇ ਨਾਲੋਂ ਤਾਂ ਨਹੀਂ ਤਾਂ ਕਾਲੇ ਨਾਲ ਜਾ ਕੇ ਟੀਕਾ ਲਵਾ ਲਿਆਉਂਦੀ ਨਹੀਂ ਨਹੀਂ ਭੂਆ ਦਵਾਈ ਲੈ ਰਹੀ ਦਵਾਈ ਨਾਲ ਫਰਕ ਹੈ ਅੱਛਾ ਹਾਂ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਬੁਲਬੁਲ ਕਹਿ ਕੇ ਦਿਨ ਰਹੂਗੀ ਉੱਥੇ ਬੁਲਬੁਲ ਮੇਰੇ ਤਾਂ ਗੱਲ ਹੀ ਨਹੀਂ ਹੋਈ ਭੂਆ ਉਹਨਾਂ ਨਾਲ ਅੜੀਏ ਤੂੰ ਪੁੱਛ ਲੈਂਦੀ ਮੈਂ ਪਾਈ ਪਾਈ ਨੇ ਐਂ ਸੋਚਿਆ ਮੈਂ ਕਿਹਾ ਵੀ ਤੇਰੀ ਮੰਮੀ ਨੂੰ ਤਾਂ ਕੀ ਪਤਾ ਕਹਿ ਕੇ ਦਿਨ ਲੱਗਣਗੇ ਹੁਣ ਜਦੋਂ ਆਪਰੇਸ਼ਨ ਹੋਣਾ ਹਨਾ ਤੇ ਵੀ ਫਿਰ ਮਨਿੰਦਰ ਇਕੱਲੀ ਆ ਘਰੇ ਜਾਣ ਦੀ ਨਹੀਂ ਬੋਝਦੀ ਨਹੀਂ ਕਿਸੇ ਨੂੰ ਵੀ ਜੇ ਤੈਨੂੰ ਛੁੱਟੀਆਂ ਮਿਲਦੀਆਂ ਸੀ ਦੋ ਚਾਰ ਦਿਨ ਤੂੰ ਵਗ ਜਾਂਦੀ ਉਹ ਤਾਂ ਕੋਈ ਨਾ ਮੈਂ ਛੁੱਟੀਆਂ ਲੈ ਲੂੰਗੀ ਕਾਲਜ 'ਚੋਂ ਅਤੇ ਲੈ ਆਊਂਗੀ ਅਤੇ ਬਾਕੀ ਗੱਲ ਹੋ ਗਈ ਸੀ ਪਹੁੰਚ ਗਏ ਉਹ ਮੈਂ ਕਿੱਥੋਂ ਫੋਨ ਕਰ ਲਿਆ ਮੈਂ ਤਾਂ ਤੈਨੂੰ ਕਹਿਣਾ ਹੀ ਹੈ ਫੋਨ ਕਰਕੇ ਪੁੱਛ ਲਾ ਤੂੰ ਨਹੀਂ ਪੁੱਛਿਆ ਨਾ ਮੈਂ ਤਾਂ ਪੁੱਛਿਆ ਨਹੀਂ ਚੱਲ ਪਹੁੰਚ ਹੀ ਗਏ ਹੋਣਗੇ ਬਾਕੀ ਤਾਂ ਕਿੰਨੀ ਕੁ ਦੂਰ ਹੈ ਚੱਲ ਪੁੱਛਣਾ ਤਾਂ ਪੁੱਛ ਲਾ ਦੂਰ ਤਾਂ ਭਾਵੇਂ ਨਹੀਂ ਚੱਲ ਅਗਲਾ ਕਹਿੰਦਾ ਮੈਂ ਉੱਤਾਂ ਹੀ ਨਹੀਂ ਬਚਿਆ ਸਾਡਾ ਉਹਨਾਂ ਨੇ ਵੀ ਨਹੀਂ ਫੋਨ ਕਰਕੇ ਦੱਸਿਆ ਵੀ ਅਸੀਂ ਪਹੁੰਚ ਗਏ ਨਾਲੇ ਜਾਂਦਿਆਂ ਨੂੰ ਕਿਹਾ ਵੀ ਫੋਨ ਕਰ ਦਿਓ ਉਹ ਦੱਸੀ ਤਾਂ ਜਾਂਦਾ ਸੀ ਲਾਡੀ ਕਹਿੰਦਾ ਬੁਲਬੁਲ ਨੇ ਆਉਣਾ ਤਾਂ ਉਹਦੇ 'ਚ ਹੀ ਰੁੱਝ ਗਏ ਹੋਣਗੇ ਹਾਂ ਆ ਗਈ ਹੋਣੀ ਹਾਂ ਫਿਰ ਤਾਂ ਜੇ ਭੂਆ ਬੁਲਬੁਲ ਆਈ ਆ ਫਿਰ ਤਾਂ ਰਹਿ ਕੇ ਜਾਊਗੀ ਦੋ ਦਿਨਾਂ ਵਾਸਤੇ ਤਾਂ ਕੀ ਆਈ ਹੋਣੀ ਚੱਲ ਤੂੰ ਗੱਲ ਕਰ ਲੈ ਜਿੰਨੇ ਦਿਨ ਉਹ ਰਹੂਗੀ ਠੀਕ ਹੈ ਉਦੋਂ ਬਾਅਦ ਫਿਰ ਤੂੰ ਵਗ ਜੀ ਤੇ ਆ ਕੰਮ ਵਾਲੀ ਲਾ ਕੇ ਮੈਂ ਸਫਾਈਆਂ ਸਫੂਈਆਂ ਆਪੇ ਕਰਾ ਲੂੰਗੀ ਇੱਥੇ ਨਾ ਜੇ ਮੈਂ ਬਾਗੀ ਹਾਂ ਉਹੀ ਤਾਂ ਗੱਲ ਹੈ ਫਿਰ ਸਫਾਈਆਂ ਕੌਣ ਕਰੂ ਕੱਲੀ ਕਰਦੀ ਫਿਰੇਂਗੀ ਆਪੇ ਹੁੰਦੀਆਂ ਫਿਰਨਗੀਆਂ ਮੈਂ ਤੈਨੂੰ ਐਂ ਕਹਿਣੀ ਆ ਵੀ ਮਨਿੰਦਰ ਜਾਣ ਦੀ ਨਹੀਂ ਬੋਝਦੀ ਨਹੀਂ ਕਿਸੇ ਨੂੰ ਸੌ ਬੁੜੀ ਕੁੜੀ ਘਰਾਂ ਦੀ ਆ ਜਾਂਦੀ ਹੈ ਤੇ ਹੁਣ ਲਾਡੀ ਨੇ ਵੀ ਕੰਮ ਧੰਦੇ ਜਾਣਾ ਹੁੰਦਾ ਹੁਣ ਲਾਡੀ ਹੁਣ ਬਸਰਾਣੇ ਤਾਂ ਨਹੀਂ ਬੈਠਾ ਰਹੂਗਾ ਵੀ ਇੱਥੇ ਤਾਂ ਸਰ ਜੂਗਾ ਤੂੰ ਚਾਰ ਦਿਨ ਜਾ ਵੜਦੀ ਉੱਥੇ ਉਹ ਐਵੇਂ ਤੂੰ ਨਾ ਕੰਮ ਕਰ ਕਰਕੇ ਬਿਮਾਰ ਹੋ ਜੀ ਇੱਥੇ ਨਹੀਂ ਮੈਂ ਜਮਾ ਨਹੀਂ ਹੁੰਦੀ ਜਿੱਥੇ ਇੱਕ ਦਿਹਾੜੀ ਲੱਗੂ ਆਪਾਂ ਦੋ ਲਵਾ ਲਾਂਗੇ ਆਪਣਾ ਡੰਗ ਲੈ ਜੂਗਾ ਪੁੱਤ ਨਾਲ ਤੇਰੀ ਮਾਮੀ ਮੰਮੀ ਕੀ ਆਖੂਗੀ ਵੀ ਉੱਥੇ ਬੈਠੀ ਰਹੀ ਆਈ ਨਹੀਂ ਗੀ ਮੇਰੀ ਗੱਲ ਸੁਣ ਮੈਂ ਗੱਲ ਕਰ ਲੈਂਦੀ ਹਾਂ ਠੀਕ ਹੈ ਵੀਰੇ ਨੂੰ ਪੁੱਛ ਲੈਂਦੀ ਜਾਂ ਭਾਬੀ ਨੂੰ ਪੁੱਛ ਲੈਂਦੀ ਹਾਂ ਜੇ ਬੁਲਬੁਲ ਰਹੀ ਤਾਂ ਫਿਰ ਤਾਂ ਮੈਨੂੰ ਲੋੜ ਹੀ ਨਹੀਂ ਜਾਣ ਦੀ ਆਹੋ ਚੱਲ ਵੇਖ ਲੈ ਜੇ ਉਹਨੇ ਕਿਹਾ ਮੈਂ ਜਾਣੀ ਆ ਫਿਰ ਤੂੰ ਬਾਗ ਦੀ ਛੁੱਟੀਆਂ ਲੈ ਆਈ ਸਵੇਰੇ ਜਾ ਕੇ ਆਹੋ ਸਵੇਰੇ ਜਾ ਕੇ ਲੈ ਆਉਂਗੀ ਜੇ ਉਹਨੇ ਜਾਣਾ ਹੋਇਆ ਇੱਕ ਦੋ ਦਿਨਾਂ 'ਚ ਬਸ ਉਦੋਂ ਮੈਂ ਸਫਾਈਆਂ ਸਫੂਈਆਂ ਕਰਾ ਕੇ ਫਿਰ ਤੇਰੇ ਨਾਲ ਵਗ ਜੂੰਗੀ ਉਧਰ ਆਹੋ ਚੱਲ ਹਾਂ ਵੇਖ ਲਈ ਫਿਰ ਆਇਆ ਨਾ ਕੱਲੀ ਦਾ ਫਿਰ ਵੀ ਬਹੁਤ ਨਵੀਂ ਨਵੇਲੀ ਹੈਗੀ ਹੈਗੀ ਤੇ ਲੋਟ ਨਹੀਂ ਆਉਂਦਾਗਾ ਹਾਂ ਉਹ ਤਾਂ ਭੂਆ ਮੈਂ ਸਮਝਦੀ ਹਾਂ ਤੂੰ ਦਵਾਈ ਲੈ ਲੈ ਚੱਜ ਦੀ ਹੁਣ ਆਹ ਭੂਆ ਲਈ ਇਹਨੇ ਦਵਾਈ ਤਾਂ ਬਸ ਗਲੇ ਦੇ ਖੰਗ ਜੀ ਆ ਇਹ ਟੀਕੇ ਬਿਨਾਂ ਨਹੀਂ ਵਿਲਿਆ ਲੋਟ ਆਉਂਦਾ ਤੂੰ ਹੁਣ ਦੋ ਦਿਨ ਪਈ ਰਹਿ ਚਾਰ ਦਿਨ ਪਈ ਰਹਿ ਇਹ ਤਾਂ ਹੁਣ ਜ਼ੁਕਾਮ ਜੇ ਜੰਮ ਗਿਆ ਅੰਦਰ ਰੇਸ਼ਾ ਜੰਮ ਗਿਆ ਮੁੜ ਕੇ ਔਖੀ ਹੋਏਗੀ ਪਤਾ ਨਹੀਂ ਰੇਸ਼ੇ ਕਰਕੇ ਸਿਰ ਬਾਲਾ ਦੁਖੀ ਜਾਂਦਾ ਸਿਰ ਤਾਂ ਦੁਖਣਾ ਹੀ ਆ ਫਿਰ ਇਹ ਜੰਮ ਜਾਂਦਾ ਨਾੜਾਂ ਜਾਂ ਸਿਰ 'ਚ ਜੰਮਿਆ ਹੋਊਗਾ ਤਾਂ ਹੀ ਦੁਖਦਾਗਾ ਪਤਾ ਨਹੀਂ ਬਸ ਦਵਾਈ ਵਧੀਆ ਦਿੱਤੀ ਮੈਂ ਲੈ ਲਈ ਚੱਲ ਚੰਗਾ ਤੂੰ ਤਾਂ ਰੋਜ਼ ਹੀ ਹਾਂ ਹੀ ਕਰੀ ਜਾਂਦੀ ਆ ਮੰਨਦੀ ਤਾਂ ਹੈ ਨਹੀਂ ਹਟ ਗਿਆ ਤੇ ਫਿਰ ਟੀਕੇ ਨਾਲ ਕੀ ਹੋ ਜੂ ਤੈਨੂੰ ਇੱਕ ਟੀਕਾ ਲਵਾ ਲਿਆ ਨਹੀਂ ਭੂਆ ਮੈਂ ਟੀਕਾ ਲਵਾਉਣੇ ਨਹੀਂ ਜਦੋਂ ਗੋਲੀਆਂ ਨਾਲ ਹੀ ਫਰਕ ਹੈ ਚੱਲ ਚੰਗਾ ਚੱਲ ਮੈਂ ਤੈਨੂੰ ਆਦਾ ਉਦਾ ਪਾ ਕੇ ਚਾਹ ਬਣਾ ਕੇ ਦਿੰਨੀ ਆ ਚੰਗਾ ਹਾਂ ਹੀ ਕਰ ਦੇ ਆਹੋ ਚੱਲ ਤੂੰ ਉਹਨੂੰ ਨਾਲ ਤਾਂ ਫੋਨ ਕਰ ਲਾ ਹਾਂ ਪੁੱਛ ਲਾ ਵੀ ਕਦੋਂ ਕੁ ਪਹੁੰਚ ਕੇ ਨਾਲੇ ਪੁੱਛ ਲਾ ਵੀ ਕਹਿ ਕੇ ਦਿਨ ਰਹੂਗੀ ਫਿਰ ਕੋਈ ਨਾ ਕਰ ਲੂੰਗੀ ਭਾਬੀ ਨਾਲ ਰੁੱਕ ਕੇ ਜੇ ਗੱਲ ਕਰ ਲੂੰਗੀ ਚੰਗਾ ਫੋਨ ਅੰਦਰ ਹੀ ਪਿਆ ਮੇਰਾ ਅੰਦਰ ਆ ਕੇ ਕਰ ਲੂੰਗੀ ਗੱਲ ਚੰਗਾ ਚੰਗਾ